ਸਾਬਕਾ ਐਮਐਲਏ ਦੇ ਘਰੋਂ 5 ਕਰੋੜ ਕੈਸ਼ ਮਿਲਿਆ ਜੀ। ਹਰਿਆਣਾ ਵਿੱਚ ਸਾਬਕਾ ਐਮਐਲਏ ਦਿਲਬਾਗ ਸਿੰਘ ਦੇ ਘਰ ਰੇਡ ਪਈ ਤੇ ਰੇਡ ਦੌਰਾਨ 5 ਕਰੋੜ ਰੁਪਏ ਦੀ ਨਕਦੀ ਮਿਲੀ ਹੈ। 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਛਾਪੇਮਾਰੀ ਦੌਰਾਨ ਬੰਦੂਕਾਂ ਵੀ ਮਿਲੀਆਂ ਨੇ ਤੇ ਸਾਬਕਾ ਐਮਐਲਏ ਦੇ ਘਰੋਂ 5 ਕਰੋੜ ਰੁਪਏ ਦੀ ਕੈਸ਼ ਦੀ ਬਰਾਮਦਗੀ ਹੋਈ ਹੈ। ਬੰਦੂਕਾਂ ਵੀ ਇੱਥੋਂ ਬਰਾਮਦ ਹੋਈ ਹੈ। ਛਾਪੇਮਾਰੀ ਦੌਰਾਨ ਇਹ ਕੁਝ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਸਭ ਕੁਝ ਬਰਾਮਦ ਛਾਪੇਮਾਰੀ ਦੌਰਾਨ ਹੋਇਆ। ਸਾਬਕਾ ਐਮਐਲਏ ਦੇ ਘਰੋਂ 5 करोड़ रुपए कैश मिले वेख सकते हो। कैश जो बैड से रखा हुआ तो उत्थे ये वेख सकते हो कि 100 तो वध शराब दियां बोतलां भी इतों बरामद की गई, बंदूकां भी बरामद की गई। उत्थे जो सोने के बिस्किट बनाए जाते हैं वह भी बरामद इतों किए गए ने। साबका एमएलए दे घरों ये बरामदगी हुई है। 5 करोड़ कैश की बरामदगी हुई है। तस्वीर तुम वेख सकते हो रेड दौरान 100 तो वध शराब दियां बोतलां भी बरामद की गई। छापेमारी दौरान बंदूकां भी मिली ने।